ਮਨੁੱਖ ਦੇ ਅੰਦਰ ਨਿਤ ਨਵੀਆਂ ਖਾਸ਼ੀਆਂ ਪੈਦਾ ਹੁੰਦੀਆਂ ਨੇ ਮਨੋਵਿਗਿਆਨੀਆਂ ਨੇ ਮਨੁੱਖ ਦੇ ਮਨ ਦੀ ਖੋਜ ਕੀਤੀ ਔਰ ਇਸ ਨਤੀਜੇ ਤੇ ਪਹੁੰਚੇ ਕਿ ਵੈਸੇ ਤੇ ਮਨੁੱਖ ਦੇ ਅੰਦਰ ਬੜੀਆਂ ਖਾਸ਼ੀਆਂ ਨੇ ਬੜੀਆਂ ਮੰਗਾ ਨੇ ਪਰ ਦੋ ਮੰਗਾ ਮਨੁੱਖ ਦੀਆਂ ਮੁੱਖ ਨੇ ਸਭ ਤੋਂ ਵੱਡੀ ਮੰਗ ਮਨੁੱਖ ਦੀ ਇਹ ਹੈ ਕਿ ਮੈਂ ਕਦੇ ਮਰਾਂ ਨਾ ਮੈਂ ਸਦਾ ਜਿਉਂਦਾ ਰਹਾ ਜੀਵਨ ਦੀ ਲਾਲਸਾ ਮਨੁੱਖ ਦੇ ਅੰਦਰ ਬਹੁਤ ਜ਼ਿਆਦਾ ਹੈ ਬਾਣੀ ਦੇ ਵਿੱਚ ਵੀ ਐਸੇ ਬਚਨ ਆਏ ਬਹੁਤਾ ਜੀਵਨ ਮੰਗਿਆ ਮੂਹਾਂ ਨਾ ਲੋੜੈ ਕੋਏ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮੇਰਾ ਜੀਵਨ ਲੰਮਾ ਹੋਵੇ ਮੈਂ ਕਦੇ ਮਰਾਂ ਨਾ ਕਿੰਨਾ ਵੀ ਬਿਰਧ ਸਰੀਰ ਹੋ ਜਾਏ ਰੋਗਾਂ ਤੇ ਨਾਲ ਸਰੀਰ ਗਰਸਿਆ ਜਾਏ ਐਸੀ ਹਾਲਤ ਵਿੱਚ ਵੀ ਮਨੁੱਖ ਮਰਨਾ ਨਹੀਂ ਚਾਹੁੰਦਾ ਕਿਉਂਕਿ ਜੀਵਨ ਦੀ ਲਾਲਸਾ ਮਨੁੱਖ ਦੇ ਅੰਦਰ ਬੜੀ ਹੈ ਔਰ ਇਹ ਮਨੁੱਖ ਦੀ ਸਭ ਤੋਂ ਪਹਿਲੀ ਮੰਗ ਹੈ ਕਿ ਮੈਂ ਕਦੇ ਮਰਾਂ ਨਾ ਮੈਂ ਜਿਉਂਦਾ ਰਹਾ ਇਸ ਤੋਂ ਅੱਗੇ ਜੇਕਰ ਕੋ ਦੂਜੀ ਮੰਗ ਮਨੁੱਖ ਦੇ ਅੰਦਰ ਚੱਲਦੀ ਹੈ ਉਹ ਇਹ ਹੈ ਕਿ ਮੈਂ ਜਿਉਂਦਾ ਤੇ ਰਹਾ ਪਰ ਮੈਂ ਸੁਖੀ ਰਹਾ ਸੁਖ ਮਨੁੱਖ ਦੀ ਇਹ ਦੂਜੀ ਮੰਗ ਹੈ ਕਿਉਂਕਿ ਜੇਕਰ ਜੀਵਨ ਲੰਬਾ ਮਿਲ ਗਿਆ ਪਰ ਜੀਵਨ ਦੇ ਵਿੱਚ ਕੋਈ ਨਾ ਕੋਈ ਦੁੱਖ ਬਣਿਆ ਰਿਹਾ ਉਹ ਜੀਵਨ ਫਿਰ ਕਾਦਾ ਜੀਵਨ ਹੈ ਮੈਂ ਜਿਉਂਦਾ ਵੀ ਰਹਾ ਪਰ ਮੈਂ ਸੁਖੀ ਰਹਾ ਇਸੇ ਲਈ ਮਨੁੱਖ ਜਿੰਨੇ ਉਪਰਾਲੇ ਕਰਦਾ ਹੈ ਜਿੰਨੇ ਯਤਨ ਕਰਦਾ ਹੈ ਜਿੰਨੀ ਇਸ ਦੀ ਦੌੜ ਭੱਜ ਹੈ ਇਹ ਸਾਰੀ ਇਸੇ ਵਾਸਤੇ ਕਿ ਮੈਨੂੰ ਜੀਵਨ ਦੇ ਵਿੱਚ ਸੁੱਖ ਮਿਲੇ ਇਹ ਧਨ ਕਮਾਉਂਦਾ ਹੈ ਇਸੇ ਵਾਸਤੇ ਕਿ ਧਨ ਤੋਂ ਮੈਨੂੰ ਸੁੱਖ ਮਿਲੇਗਾ ਇਹ ਘਰ ਬਣਾਉਂਦਾ ਹੈ ਇਸੇ ਵਾਸਤੇ ਕਿ ਘਰ ਮੇਰੇ ਵਾਸਤੇ ਸੁਖਦਾਈ ਹੋਵੇਗਾ। ਹੋਰ ਜਿੰਨੀ ਵੀ ਦੌੜ ਭੱਜ ਹੈ ਇਹ ਸਾਰੀ ਇਸੇ ਵਾਸਤੇ ਕਿ ਮੈਨੂੰ ਸੁਖ ਮਿਲੇ। ਇਸੇ ਲਈ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਬੜੇ ਸੁੰਦਰ ਬਚਨ ਕਹੇ। ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ। ਕਿ ਮਨੁੱਖ ਨੇ ਸੁਖਾਂ ਵਾਸਤੇ ਤੇ ਬੜੇ ਯਤਨ ਕੀਤੇ। ਸੁਖਾਂ ਵਾਸਤੇ ਇਸਨੇ ਬੜੇ ਉਪਰਾਲੇ ਕੀਤੇ। ਪਰ ਕਦੇ ਦੁੱਖ ਦੇ ਵਾਸਤੇ ਮਨੁੱਖ ਯਤਨ ਨਹੀਂ ਕਰਦਾ ਸਾਰੀ ਦੌੜ ਭੱਜ ਹੀ ਸੁੱਖ ਦੇ ਵਾਸਤੇ ਹੈ ਪਰ ਕਦੇ ਕੋਈ ਐਸਾ ਮਨੁੱਖ ਨਹੀਂ ਮਿਲਿਆ ਹੋਵੇਗਾ ਜਿਹੜਾ ਇਹ ਆਖੇ ਕਿ ਮੈਂ ਇਸ ਵਾਸਤੇ ਯਤਨ ਕਰ ਰਿਹਾ ਹਾਂ ਕਿ ਮੈਨੂੰ ਕੋਈ ਦੁੱਖ ਮਿਲੇ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਿੰਨਾ ਸੁੱਖਾਂ ਦੇ ਵਾਸਤੇ ਮਨੁੱਖ ਨੇ ਇੰਨੇ ਯਤਨ ਕੀਤੇ ਇੰਨੀ ਦੌੜ ਭੱਜ ਕੀਤੀ ਇੰਨੇ ਉਪਰਾਲੇ ਕੀਤੇ ਉਹ ਸੁੱਖ ਤਾਂ ਵੀ ਮਨੁੱਖ ਨੂੰ ਮਿਲਦਾ ਨਹੀਂ ਪਰ ਜਿੰਨਾ ਦੁੱਖਾਂ ਦੇ ਵਾਸਤੇ ਮਨੁੱਖ ਨੇ ਕਦੇ ਵੀ ਕੋਈ ਯਤਨ ਨਹੀਂ ਕੀਤਾ ਕੋਈ ਉਪਰਾਲਾ ਨਹੀਂ ਕੀਤਾ ਉਹ ਦੁੱਖ ਤਾਂ ਵੀ ਮਨੁੱਖ ਨੂੰ ਮਿਲ ਜਾਂਦਾ ਹੈ ਇਸ ਦਾ ਕਾਰਨ ਕੀ ਹੈ ਮਨੁੱਖ ਸਮਝਦਾ ਹੈ ਕਿ ਤਨ ਪਦਾਰਤ ਵਿੱਚ ਸੁੱਖ ਹੈ ਇਹ ਸਾਰੀ ਜ਼ਿੰਦਗੀ ਤਨ ਇਕੱਠਾ ਕਰਦਾ ਰਿਹਾ ਪਰ ਇਸ ਨੂੰ ਸੁੱਖ ਨਹੀਂ ਮਿਲਿਆ ਇਹ ਤੇ ਬਾਣੀ ਦਾ ਫੈਸਲਾ ਹੈ ਸੁੱਖ ਨਾਹੀ ਬਹੁਤੇ ਧਨ ਖਾਟੇ। ਏਕ ਪਾਈ ਤੂੰ ਕਿੰਨਾ ਵੀ ਧਨ ਕਮਾਲ ਹੈ ਪਰ ਧਨ ਦੇ ਨਾਲ ਤੈਨੂੰ ਕਦੇ ਸੁੱਖ ਨਹੀਂ ਮਿਲੇਗਾ। ਜੇਕਰ ਧਨ ਦੇ ਨਾਲ ਹੀ ਸੁੱਖ ਮਿਲ ਸਕਦਾ ਫਿਰ ਜਿੰਨੇ ਅਮੀਰ ਨੇ ਜਿੰਨੇ ਰਾਜੇ ਮਹਾਰਾਜੇ ਨੇ ਇਤੇ ਸਾਰੇ ਸੁਖੀ ਹੋਣੇ ਚਾਹੀਦੇ ਪਰ ਸਗਲ ਸਿਸ਼ਟ ਕੋ ਰਾਜਾ ਦੁਖੀਆ ਭਾਵੇਂ ਕੋ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਜਾਏ ਪਰ ਤਾਂ ਵੀ ਉਹ ਦੁਖੀ ਹੈ। ਇਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕਹਿ ਦਿੱਤੇ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਇਥੇ ਕੇਵਲ ਗਰੀਬ ਹੀ ਦੁਖੀ ਨਹੀਂ ਇਥੇ ਅਮੀਰ ਵੀ ਦੁਖੀ ਹੈ ਕੇਵਲ ਪਰਜਾ ਹੀ ਦੁਖੀ ਨਹੀਂ ਇਥੇ ਰਾਜਾ ਵੀ ਦੁਖੀ ਹੈ ਕਿਉਂਕਿ ਤਨ ਦੇ ਨਾਲ ਮਨੁੱਖ ਨੂੰ ਦੁਨੀਆ ਦੀਆਂ ਸਹੂਲਤਾਂ ਤੇ ਮਿਲ ਸਕਦੀਆਂ ਨੇ ਪਰ ਸੁੱਖ ਨਹੀਂ ਸਹੂਲਤਾਂ ਦਾ ਮਿਲਣਾ ਗੱਲ ਹੋਰ ਹੈ ਪਰ ਸੁੱਖ ਦਾ ਮਿਲਣਾ ਗੱਲ ਹੋਰ ਹੈ ਇੱਕ ਬੰਦਾ ਧਨ ਖਰਚ ਕੇ ਚੰਗਾ ਬਿਸਤਰਾ ਖਰੀਦ ਸਕਦਾ ਹੈ ਪਰ ਧਨ ਖਰਚ ਕੇ ਉਹ ਕਦੇ ਨੀਂਦ ਨਹੀਂ ਖਰੀਦ ਸਕਦਾ ਪੈਸਿਆਂ ਦੇ ਨਾਲ ਰੋਟੀਆਂ ਖਰੀਦੀਆਂ ਜਾ ਸਕਦੀਆਂ ਨੇ ਪਰ ਭੁੱਖ ਕਦੇ ਖਰੀਦੀ ਨਹੀਂ ਜਾ ਸਕਦੀ ਪੈਸਿਆਂ ਦੇ ਨਾਲ ਅਸੀਂ ਚੰਗੀਆਂ ਐਣਕਾਂ ਖਰੀਦ ਸਕਦੇ ਹਾਂ ਪਰ ਨਜ਼ਰ ਕਦੇ ਖਰੀਦੀ ਨਹੀਂ ਜਾਂਦੀ ਪੈਸਿਆਂ ਦੇ ਨਾਲ ਅਸੀਂ ਕਿਤਾਬਾਂ ਖਰੀਦ ਸਕਦੇ ਹਾਂ ਪਰ ਵਿਦਿਆ ਕਦੇ ਖਰੀਦੀ ਨਹੀਂ ਜਾਂਦੀ ਇਸੇ ਤਰ੍ਹਾਂ ਪੈਸਿਆਂ ਦੇ ਨਾਲ ਅਸੀਂ ਦਵਾਈਆਂ ਖਰੀਦ ਸਕਦੇ ਹਾਂ ਪਰ arogyata ਕਦੇ ਖਰੀਦੀ ਨਹੀਂ ਜਾਂਦੀ ਇਹ ਰੱਬ ਦੀ ਮਿਹਰ ਹੈ ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਨੇ ਬਚਨ ਗਏ ਕਿ ਸੁਖ ਨਾਹੀ ਬਉਧੇ ਤਨ ਖਾਟੇ ਸੁਖ ਨਾਹੀ ਪੀਖੇ ਨਿਰਤ ਨਾਟੇ ਸੁਖ ਨਾਹੀ ਉਹ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਸਾਰੇ ਸੁਖ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਕਿਉਂਕਿ ਜਦੋਂ ਪਰਮੇਸ਼ਰ ਦੇ ਬਾਰੇ ਇਹ ਬਚਨ ਕਹਿ ਦਿੱਤੇ ਕਿ ਸਭ ਸੁਖ ਦਾਤਾ ਰਾਮ ਹੈ ਦੂਸਰ ਨਾ ਹੈ ਨ ਕੋਏ ਹੈ ਭਾਈ ਸਾਰੇ ਸੁਖਾਂ ਦਾ ਦਾਤਾ ਇੱਕ ਵਹਿਗੁਰੂ ਹੈ ਇੱਕ ਪਰਮੇਸ਼ਰ ਹੈ ਪ੍ਰਮਾਤਮਾ ਤੋਂ ਬਿਨਾ ਸੁਖਾਂ ਦਾ ਦਾਤਾ ਹੋਰ ਕੋਈ ਨਹੀਂ ਫਿਰ ਜੇਕਰ ਤੈਨੂੰ ਸੁਖ ਚਾਹੀਦੇ ਨੇ ਇਹ ਪਦਾਰਥਾਂ ਦੇ ਵਿੱਚੋਂ ਦੁਨੀਆ ਦੀ ਦੌਲਤ ਵਿੱਚੋਂ ਨਹੀਂ ਮਿਲਣਗੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਜੇ ਸੁਖ ਚਾਹੁੰਦਾ ਹੈ ਫਿਰ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ ਇੱਕ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾ ਨਾਮ ਤੋਂ ਟੁੱਟ ਕੇ ਕੋਈ ਆਖੇ ਕਿ ਮੇਰੇ ਜੀਵਨ ਤੇ ਸੁਖ ਬਣ ਜਾਏ ਮੇਰੇ ਜੀਵਨ ਦੇ ਵਿੱਚ ਆਨੰਦ ਬਣ ਜਾਏ ਇਹ ਮਨੁੱਖ ਦਾ ਭੁਲੇਖਾ ਹੈ ਬਾਣੀ ਦੇ ਵਿੱਚ ਐਸੇ ਬਚਨ ਆਉਂਦੇ ਨੇ ਕਿ ਜਿਹੜਾ ਬੰਦਾ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਉਹ ਸ਼ਰਮ ਦੇ ਨਾਲ ਮਰ ਕਿਉਂ ਨਹੀਂ ਜਾਂਦਾ ਲਾਜ ਮਰੈ ਜੋ ਨਾਮ ਨਾ ਲੇਵਾ ਨਾਮ ਵੀ ਹੋਣ ਸੁਖੀ ਕਿਉਂ ਸੋਵੇ ਨਾਮ ਤੋਂ ਵੀ ਹੋਣਾ ਬੰਦਾ ਉਹ ਸੁਖ ਦੀ ਨਿੰਦਰੀ ਕਿਵੇਂ ਸੋਵੇਗਾ ਹਰ ਸਿਮਰਨ ਛਾੜ ਪਰਮਗਤ ਚਾਹੈ ਮੂਲ ਬਿਨਾਂ ਸ਼ਾਖਾ ਕਥ ਆਹੈ ਕਹਿ ਲਗੀ ਸਿਮਰਨ ਨੂੰ ਛੱਡ ਕੇ ਕੋਈ ਆਖੇ ਕਿ ਮੇਰੀ ਉੱਚੀ ਅਵਸਥਾ ਬਣ ਜਾਏ ਸਦੀਵੀ ਸੁਖ ਮਿਲ ਜਾਏ ਜਿਵੇਂ ਜੜ ਤੋਂ ਬਿਨਾ ਕਦੇ ਦਰਖਤ ਹਰਾ-ਪਰਾ ਨਹੀਂ ਰਹਿ ਸਕਦਾ ਉਸ ਦੀਆਂ ਟਾਹਣੀਆਂ ਹਰੀਆਂ-ਪਰੀਆਂ ਨਹੀਂ ਰਹਿ ਸਕਦੀਆਂ ਕਹਿੰਦੇ ਕਿ ਇਸੇ ਤਰ੍ਹਾਂ ਪਰਮਾਤਮਾ ਸਾਡਾ ਮੁੱਢ-ਮੂਲ ਹੈ ਪਰਮੇਸ਼ਰ ਸਾਡੀ ਜੜ ਹੈ ਜਿਹੜਾ ਦਰਖਤ ਆਪਣੀਆਂ ਜੜਾਂ ਤੋਂ ਵਿਛੜ ਜਾਏ ਉਹ ਕਦੇ ਹਰਾ-ਪਰਾ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਜਿਹੜਾ ਮਨੁੱਖ ਪਰਮਾਤਮਾ ਤੋਂ ਟੁੱਟ ਜਾਏ ਪਰਮੇਸ਼ਰ ਦੀ ਯਾਦ ਤੋਂ ਵਿਛੜ ਜਾਏ ਉਸ ਦੇ ਜੀਵਨ ਦੇ ਵਿੱਚ ਕਦੇ ਸੁੱਖ ਨਹੀਂ ਉਸ ਦੇ ਜੀਵਨ ਦੇ ਵਿੱਚ ਕਦੇ ਆਨੰਦ ਨਹੀਂ ਕਿਉਂਕਿ ਸੁੱਖਾਂ ਦਾ ਦਾਤਾ ਉਹ ਪਰਮੇਸ਼ਰ ਆਪ ਹੈ ਮਨੁੱਖ ਦੀ ਇਹ ਬਹੁਤ ਵੱਡੀ ਲਾਲਸਾ ਹੈ ਕਿ ਮੇਰੇ ਜੀਵਨ ਦੇ ਵਿੱਚ ਆਨੰਦ ਹੋਵੇ ਮੇਰੇ ਜੀਵਨ ਦੇ ਵਿੱਚ ਇਹ ਸੁੱਖ ਹੋਣ ਪਰ ਜਦੋਂ ਕੋਈ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਫਿਰ ਜੀਵਨ ਦੇ ਵਿੱਚ ਸੁੱਖ ਨਹੀਂ ਫਿਰ ਤੇ ਜੀਵਨ ਦੇ ਵਿੱਚ ਖੁਵਾਰੀ ਹੈ ਜੀਵਨ ਦੇ ਵਿੱਚ ਭਟਕਣਾ ਹੈ ਹਰ ਬਿਸਰਤ ਸਦਾ ਖੁਵਾਰੀ ਪਰਮੇਸ਼ਰ ਨੂੰ ਭੁਲਾਇਆ ਜੀਵਨ ਦੇ ਵਿੱਚ ਖੁਵਾਰੀ ਹੈ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਸੁੱਖ ਮਿਲੇ ਪਰ ਸੁਖ ਇਹ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦਾ ਹੈ ਇਹ ਕਦੇ ਪ੍ਰਮਾਤਮਾ ਤੇ ਨਾਲ ਜੁੜਦਾ ਨਹੀਂ ਪਰਮੇਸ਼ਰ ਸੁੱਖਾਂ ਦਾ ਸੋਮਾ ਹੈ ਪ੍ਰਮਾਤਮਾ ਦੇ ਨਾਲ ਮਨੁੱਖ ਜੁੜ ਜਾਏ ਫਿਰ ਇਸ ਨੂੰ ਸੁਖ ਮੰਗਣ ਦੀ ਲੋੜ ਨਹੀਂ ਹੋਵੇਗੀ ਸੁਖ ਇਸ ਨੂੰ ਆਪਣੇ ਆਪ ਮਿਲੇਗਾ ਜਿਵੇਂ ਉੱਚੇ ਪਹਾੜਾਂ ਤੇ ਮਨੁੱਖ ਚਲਾ ਜਾਏ ਉੱਥੇ ਠੰਡ ਮੰਗਣ ਦੀ ਲੋੜ ਨਹੀਂ ਠੰਡ ਆਪਣੇ ਆਪ ਮਿਲਦੀ ਹੈ ਫੁੱਲਾਂ ਦੇ ਢੇਰ ਕੋਲ ਚਲੇ ਜਾਈਏ ਸਾਨੂੰ ਸੁਗੰਧੀ ਮੰਗਣ ਦੀ ਲੋੜ ਨਹੀਂ ਸੁਗੰਧੀ ਆਪਣੇ ਆਪ ਮਿਲਦੀ ਹੈ ਇਸੇ ਤਰ੍ਹਾਂ ਸੁੱਖਾਂ ਦੇ ਦਾਤੇ ਉਸ ਪ੍ਰਮਾਤਮਨ ਦੇ ਨਾਲ ਜੁੜ ਜਾਈਏ ਫਿਰ ਸਾਨੂੰ ਸੁੱਖ ਮੰਗਣ ਦੀ ਲੋੜ ਨਹੀਂ ਹੋਵੇਗੀ ਸੁੱਖ ਤੇ ਜੀਵਨ ਤੇ ਵਿੱਚ ਆਪਣੇ ਆਪ ਮਿਲੇਗਾ ਫਿਰ ਮਨੁੱਖ ਦੀ ਐਸੀ ਅਵਸਥਾ ਬਣ ਜਾਂਦੀ ਹੈ ਜੀਵਨ ਦੇ ਵਿੱਚ ਕਦੇ ਦੁੱਖ ਕੋਈ ਆਏ ਵੀ ਉਹ ਦੁੱਖ ਕਦੇ ਮਨੁੱਖ ਨੂੰ ਦੁਖੀ ਨਹੀਂ ਕਰ ਸਕਦਾ ਉਹ ਦੁੱਖ ਮਨੁੱਖ ਨੂੰ ਭੋ ਨਹੀਂ ਸਕਦਾ ਰੋਜ਼ ਜਿਹੜੇ ਅਸੀਂ ਬਚਨ ਪੜ੍ਹਦੇ ਹਾਂ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਇਹ ਪਾਈ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ। ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਵਾਹਿਗੁਰੂ ਦੇ ਨਾਮ ਨੂੰ ਸੁਣਨਾ ਚਾਹੀਦਾ ਹੈ ਤੇ ਮਨ ਦੇ ਵਿੱਚ ਪ੍ਰਮਾਤਮਾ ਦੇ ਨਾਲ ਪ੍ਰੇਮ ਰੱਖਣਾ ਚਾਹੀਦਾ ਹੈ ਤੇ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਗਾ ਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਉਹ ਆਪਣੇ ਅੰਦਰੋਂ ਦੁੱਖਾਂ ਨੂੰ ਦੂਰ ਕਰ ਲਵੇਗਾ ਤੇ ਆਪਣੇ ਹਿਰਦੇ ਘਰ ਵਿੱਚ ਉਹ ਸੁੱਖਾਂ ਨੂੰ ਟਿਕਾ ਲਵੇਗਾ। ਕਿਉਂਕਿ ਸੁੱਖ ਦੁੱਖ ਇਹ ਕੋਈ ਬਾਹਰ ਦੀਆਂ ਗੱਲਾਂ ਨਹੀਂ। ਅਸਲ ਤੇ ਵਿੱਚ ਇਹ ਮਨੁੱਖ ਦੇ ਮੰਡੀਆਂ ਤੋਂ ਹਾਲਤਾਂ ਨੇ ਹੁਣ ਇੱਕ ਮਨੁੱਖ ਐਸਾ ਹੈ ਕਿ ਦੁਨੀਆ ਭਰ ਦੀਆਂ ਸਹੂਲਤਾਂ ਉਸ ਦੇ ਕੋਲ ਨੇ ਪਰ ਫਿਰ ਵੀ ਉਹ ਬੜਾ ਪਰੇਸ਼ਾਨ ਹੈ ਉਹ ਬੜਾ ਦੁਖੀ ਹੈ ਕਿਉਂਕਿ ਮਨ ਐਸਾ ਜਿਹੜਾ ਦੁੱਖ ਨੂੰ ਜਨਮ ਦੇ ਰਿਹਾ ਹੈ ਪਰ ਇੱਕ ਮਨੁੱਖ ਐਸਾ ਹੈ ਉਸ ਤੇ ਪੱਲੇ ਕੱਖ ਵੀ ਨਹੀਂ ਰਹਿਣ ਵਾਸਤੇ ਘਰ ਵੀ ਨਹੀਂ ਉਸ ਤੇ ਕੱਪੜੇ ਵੀ ਪਾਟੇ ਨੇ ਪਰ ਬੜੇ ਆਨੰਦ ਵਿੱਚ ਹੈ ਉਹ ਬੜਾ ਖੁਸ਼ ਹੈ ਕਿਉਂਕਿ ਮਨ ਐਸਾ ਹੈ ਜਿਹੜਾ ਸੁੱਖ ਨੂੰ ਜਨਮ ਦੇ ਰਿਹਾ ਹੈ ਪਰਮਾਤਮਾ ਦਾ ਨਾਮ ਜਪਦਿਆਂ ਮਨ ਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਐਸਾ ਬੰਦਾ ਹਰ ਹਾਲਤ ਵਿੱਚ ਸੁਖੀ ਹੈ ਤੋ ਸੁਖ ਹੈ ਪਰਮਾਤਮਾ ਦੇ ਨਾਮ ਦੇ ਵਿੱਚ ਸੁਖ ਹੈ ਪਰਮੇਸ਼ਰ ਦੀ ਯਾਦ ਦੇ ਵਿੱਚ ਜਿਹੜੇ ਨਾਮ ਤੇ ਜੁੜ ਜਾਂਦੇ ਨੇ ਫਿਰ ਉਹਨਾਂ ਦੇ ਜੀਵਨ ਤੇ ਵਿੱਚ ਆਨੰਦ ਬਣ ਜਾਂਦਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਸੁਖ ਬਣ ਜਾਂਦਾ ਹੈ ਫਿਰ ਐਸੇ ਮਨੁੱਖ ਨੂੰ ਕਦੇ ਕੋਈ ਦੁਖੀ ਨਹੀਂ ਕਰ ਸਕਦਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਵਾਹਿਗੁਰਜੀ ਦਾ ਖਾਲਸਾ ਵਾ